ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਰ ਰਹੇ ਹਾਂ ਪੰਜਾਬੀ ਲਿਟਰੇਚਰ 12th ਕਲਾਸ ਪਲੱਸ 2 ਕਲਾਸ ਪੰਜਾਬੀ ਇਲੈਕਟਿਵ। ਇਸ ਦੇ ਵਿੱਚੋਂ ਆਪ ਬੀਤੀਆਂ ਵਾਲੀ ਆਪਾਂ ਪਾਠ ਪੁਸਤਕ ਸ਼ੁਰੂ ਕੀਤੀ ਹੋਈ ਆ, ਜਿਸ ਦੇ ਵਿੱਚ ਆਪਾਂ ਕੁਸ਼ਚਨ ਆਂਸਰ ਕਰਦੇ ਹਾਂ, ਵਸਤੂ ਨਿਸ਼ਟ ਐਂਡ ਜਿਹੜੇ ਤੁਹਾਡੇ ਕੁਸ਼ਚਨ ਆਂਸਰ ਨੇ ਲੌਂਗ। ਅਤੇ ਹੁਣ ਆਪਣੀ ਹੈਗੀ ਆ 4th ਆਪ ਬੀਤੀ, ਇਹ ਹੈਗੀ ਆ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਵੈ ਜੀਵਨੀ ਅੰਸ਼ ਜਿਹੜਾ ਤੁਹਾਡੇ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ, ਉਹ ਹੈਗਾ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਠੀਕ ਹੈ, ਹਾਂਜੀ, ਪਹਿਲਾਂ ਤੁਸੀਂ ਥੋੜ੍ਹਾ ਜਿਹਾ ਰਾਈਟਰ ਬਾਰੇ ਯਾਦ ਕਰ ਲੈਣਾ। 1895 ਤੋਂ 1977 ਤੱਕ ਟਾਈਮ ਪੀਰੀਅਡ ਹੈ। ਪਿਤਾ ਸਰਦਾਰ ਪਿਸ਼ੋਰਾ ਸਿੰਘ, ਮਾਤਾ ਸ਼੍ਰੀਮਤੀ ਮਾਲਣੀ, ਸਿਆਲਕੋਟ ਦੇ ਵਿੱਚ ਜਨਮ ਹੁੰਦਾ। ਅਤੇ ਵਿੱਦਿਆ ਸੀ BSc ਸਿਵਲ ਇੰਜੀਨੀਅਰਿੰਗ। ਠੀਕ ਹੈ, ਕੰਮ ਕੀਤਾ ਅੱਗੇ ਪ੍ਰੀਤਲੜੀ ਜਿਹੜਾ ਹੈਗਾ, ਠੀਕ ਹੈ, ਇਸਦੇ ਸੰਪਾਦਕ ਰਹੇ ਪ੍ਰੀਤਲੜੀ ਇਹ ਰਸਾਲਾ। ਠੀਕ ਹੈ, ਅਤੇ ਰਚਨਾਵਾਂ ਕਹਾਣੀਆਂ, ਨਾਵਲ, ਇਕਾਂਗੀ, ਨਾਟਕ ਅਤੇ ਨਿਬੰਧ ਲਿਖੇ ਨੇ। ਅਤੇ ਉਹਨਾਂ ਦੀ ਸਭ ਤੋਂ ਵੱਧ ਪ੍ਰਸਿੱਧੀ ਇੱਕ ਵਾਰਤਕਾਰ ਦੇ ਵਜੋਂ ਹੋਈ ਹੈ। ਠੀਕ ਹੈ, ਅਤੇ ਵਾਰਤਕਾਰ ਸੰਗ੍ਰਹਿ ਉਹਨਾਂ ਦਾ ਦੇਖੋ ਤੁਸੀਂ, ਕੁਦਰਤੀ ਮਜ਼ਹਬ, ਰੋਜ਼ਾਨਾ ਜ਼ਿੰਦਗੀ ਦੀ ਸਿੱਖਿਆ, ਨਵਾਂ ਸ਼ਿਵਾਲਾ, ਇੱਕ ਦੁਨੀਆ ਦੇ 13 ਸੁਪਨੇ। ਠੀਕ ਹੈ, ਮਨੋਹਰ ਸ਼ਖਸੀਅਤ, ਖੁੱਲ੍ਹਾ ਦਰ, ਪ੍ਰਸੰਨ ਲੰਮੀ ਉਮਰ, ਪਰ ਮਨੁੱਖ, ਸਾਵੀ ਪੱਧਰੀ ਜ਼ਿੰਦਗੀ, ਸੁਖਾਵੀ ਸੁਧਰੀ ਜ਼ਿੰਦਗੀ, ਸਾਡੇ ਵਾਰਸ਼ ਭਖਦੀ ਜੀਵਨ ਚੰਗਿਆੜੀ, ਸਵੈ ਪੂਰਨਤਾ ਦੀ ਲਗਨ, ਜ਼ਿੰਦਗੀ ਦੀ ਕਵਿਤਾ, ਜ਼ਿੰਦਗੀ ਦੀ ਰਾਸ, ਖੁਸ਼ਹਾਲ ਜੀਵਨ, ਚੰਗੇਰੀ ਦੁਨੀਆ, ਜ਼ਿੰਦਗੀ ਦੀ ਡਾਟ, ਨਵੀਂ ਤਕੜੀ ਦੁਨੀਆ, ਰੀਝਾਂ ਦੀ ਖੱਡੀ, ਪੂਰੇ ਨਾਟਕ ਅਤੇ ਇਕਾਂਗੀ ਸੰਗ੍ਰਹਿ, ਰਾਜਕੁਮਾਰੀ ਲਤਿਕਾ, ਪ੍ਰੀਤਮਣੀ, ਪ੍ਰੀਤਮੁਕਤ, ਪੂਰਬ ਪੱਛਮ, ਕੋਦਰੇ ਦੀ ਰੋਟੀ, ਸਾਡੀ ਹੋਣੀ ਦਾ ਲਿਸ਼ਕਾਰਾ, ਕਹਾਣੀ ਸੰਗ੍ਰਹਿ ਪ੍ਰੀਤ ਕਹਾਣੀਆਂ, ਅਨੋਖੇ ਅਤੇ ਇਕੱਲੇ, ਨਾਗ ਪ੍ਰੀਤ ਦਾ ਜਾਦੂ, ਵੀਨਾ ਵਿਨੋਦ, ਭਾਬੀ ਮਹਿਣਾ ਅਤੇ ਹੋਰ ਕਹਾਣੀਆਂ, ਆਸਮਾਨੀ ਮਹਾਨਦੀ, ਪ੍ਰੀਤਾਂ ਦੀ ਪਹਿਰੇਦਾਰ, ਜ਼ਿੰਦਗੀ ਵਾਰਸ ਹੈ, ਸ਼ਬਨਮ, ਮੇਰੀ ਗੁਲਦਮ, ਗੁਲਵਦਨ, ਰੰਗ ਸਹਿਕ ਦਾ ਦਿਲ, ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ। ਨਾਵਲ ਨੇ ਅਨਵਿਆਹੀ ਮਾਂ, ਰੁੱਖਾਂ ਦੀ ਜੁਰਾਂਦ, ਸਫ਼ਰਨਾਮਾ, ਦੁਨੀਆ ਇੱਕ ਮਹਿਲ ਹੈ। ਠੀਕ ਹੈ, ਅਨੁਵਾਦ ਅੱਗੇ, ਅਤੇ ਉਸ ਤੋਂ ਇਹ ਜਿਹੜੇ ਅੱਗੇ ਹੈਗੇ ਨੇ, ਮੇਰੇ ਝਰੋਖੇ 'ਚੋਂ, ਮੇਰੀਆਂ ਭੁੱਲ ਜਾਦਾਂ, ਮੇਰੀ ਜੀਵਨ ਕਹਾਣੀ 1, ਮੰਜ਼ਿਲ ਦੀ ਸਪੀਡ 2, ਮੇਰੀ ਜੀਵਨ ਕਹਾਣੀ 3। ਠੀਕ ਹੈ, ਇਹਨੇ ਸਵੈ ਜੀਵਨੀ ਪੁਸਤਕ, ਅਤੇ ਮੇਰੀ ਜੀਵਨ ਕਹਾਣੀ 1895 ਤੋਂ 1924 ਈਸਵੀ ਦੇ ਵਿੱਚੋਂ ਲਿਆ ਗਿਆ ਜਿਹੜਾ ਆਪਣਾ ਇਹ ਸਵੈ ਜੀਵਨੀ ਅੰਸ਼ ਹੈ, ਮਨੁੱਖ ਨਾਲ ਮਨੁੱਖ ਦਾ ਮੇਲ। ਮੇਰੀ ਜੀਵਨ ਕਹਾਣੀ ਦੇ ਆਰੰਭ ਵਿੱਚ ਕੀ ਸ਼ਬਦ ਨੇ? ਮੇਰੀ ਆਪਣੀ ਜੀਵਨ ਕਹਾਣੀ ਲਿਖਣ ਦੀ ਗੁਸਤਾਖੀ ਮੈਂ ਕਦੇ ਨਾ ਕਰ ਸਕਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ। ਮੇਰੇ ਵਾਹ ਵਿੱਚੋਂ ਅਨੇਕਾਂ ਅਸਧਾਰਨ ਚੰਗੀਆਂ ਆਤਮਾਵਾਂ ਆਈਆਂ ਨੇ ਜਿਨ੍ਹਾਂ ਨੇ ਮੇਰੀਆਂ ਔਗਣ ਰੁਚੀਆਂ ਘਟਾਈਆਂ ਅਤੇ ਮੈਨੂੰ ਚੰਗੇ ਹੋਣ ਲਈ ਪ੍ਰੇਰਿਆ। ਇਹਨਾਂ ਸਾਰੇ ਚੰਗੇ ਅਤੇ ਪਿਆਰੇ ਲੋਕਾਂ ਨਾਲ ਤੁਹਾਡੀ ਜਾਣ ਪਛਾਣ ਕਰਵਾਉਣ ਲਈ ਮੈਂ ਇਹ ਕਹਾਣੀ ਲਿਖੀ ਹੈ। ਠੀਕ ਹੈ, ਹਾਂਜੀ, ਵਸਤੂ ਨਿਸ਼ਟ ਕੁਸ਼ਚਨ ਫਸਟ ਹੈਗਾ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਆਪ ਬੀਤੀਆਂ ਪੁਸਤਕ ਵਿੱਚ ਦਰਜ ਇਹ ਸਵੈ ਜੀਵਨੀ ਅੰਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ ਅਤੇ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ ਹੁਣੇ ਆਪਾਂ ਨੇ ਕੀਤਾ? ਮੇਰੀ ਜੀਵਨ ਕਹਾਣੀ ਫਸਟ, ਪਹਿਲੀ, ਮੇਰੀ ਜੀਵਨ ਕਹਾਣੀ ਪਹਿਲੀ ਦੇ ਵਿੱਚੋਂ ਜਾਂ ਇੱਕ ਦੇ ਵਿੱਚੋਂ। ਅੱਗੇ ਹੈ, ਯੂਰਿਕ ਪਹੁੰਚ ਕੇ ਲੇਖਕ ਨੂੰ ਕਿਸ ਦੀ ਤਾਰ ਮਿਲਦੀ ਆ? ਐਲਜੀ ਦੀ। ਠੀਕ ਹੈ, ਨੈਕਸਟ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਅਨੁਸਾਰ ਦੁਨੀਆ ਦਾ ਸਭ ਤੋਂ ਕੁਸ਼ਚਨ ਨੰਬਰ 3, ਗੁਰਬਖਸ਼ ਸਿੰਘ ਪ੍ਰੀਤਲੜੀ ਅਨੁਸਾਰ ਦੁਨੀਆ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ? ਤਾਂ ਸਭ ਤੋਂ ਸਾਫ਼ ਮੁਲਕ ਹੈਗਾ ਸਵਿਟਜ਼ਰਲੈਂਡ।
ਫੋਰਥ ਕੁਐਸਚਨ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਆਪਣੀ ਸਵਿਸ ਮੇਜ਼ਬਾਨ ਬਿਲਕੁਲ ਚੰਗੀ ਨਹੀਂ ਸੀ ਲੱਗਦੀ, ਸਹੀ ਜਾਂ ਗਲਤ? ਤਾਂ ਇਹ ਗਲਤ ਹੈ, ਬਲਕਿ ਚੰਗੀ ਲੱਗਦੀ ਸੀ। ਅੱਗੇ ਫਿਫਥ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਉੱਤੇ ਟੋਲਸਟਾਏ ਦੇ ਸਾਹਿਤ ਦਾ ਬਹੁਤ ਪ੍ਰਭਾਵ ਸੀ, ਤਾਂ ਇਹ ਵੀ ਸਹੀ ਹੈ, ਠੀਕ ਹੈ। ਅੱਗੇ ਹੈਗਾ, ਜਿੰਨਾ ਕੋਈ ਦੂਜਿਆਂ ਤੋਂ ਬੇਪਰਵਾਹ ਹੁੰਦਾ ਹੈ, ਉਨਾ ਹੀ ਆਪਣੀ ਪੋਸ਼ਾਕ ਤੋਂ ਬੇਪਰਵਾਹ ਹੁੰਦਾ ਹੈ, ਸਹੀ ਜਾਂ ਗਲਤ? ਤਾਂ ਸਹੀ ਹੈ। ਖਾਲਿਸਤਾਨ, ਯੂਰਪ ਤੋਂ ਕੁਝ ਫਾਸਲੇ ਉੱਤੇ ਡੈਸ਼ ਇਸ ਮੁਲਕ ਦੀ ਸਿਆਲੇ ਦੀ ਸੈਰਗਾਹ ਹੈ, ਤਾਂ ਇਹਦਾ ਆਂਸਰ ਹੈਗਾ ਸੈਂਟ ਮੋਰੀਟਸ। ਅੱਗੇ ਹੈਗਾ ਨੰਬਰ 8, ਮਨੁੱਖ ਨਾਲ ਮਨੁੱਖ ਦਾ ਮੇਲ ਹਮੇਸ਼ਾ ਡੈਸ਼ ਦੀ ਮਹਾਨ ਘਟਨਾ ਹੁੰਦੀ ਹੈ, ਤਾਂ ਜ਼ਿੰਦਗੀ ਦੀ। ਅੱਗੇ ਹੈਗੇ ਨੇ MCQs, ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪ੍ਰਮਾਣ ਪੱਤਰ ਵੇਖਣਾ ਅਤੇ ਸਮਾਨ ਫੋਲਣਾ ਮਨੁੱਖ ਵਿੱਚ ਡੈਸ਼ ਡੈਸ਼ ਅਤੇ ਇਹਦਾ ਕੀ ਆਂਸਰ ਆਊਗਾ, ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ, ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਅੱਗੇ ਨੰਬਰ 10, ਲੇਖਕ ਨੇ MN ਰਾਏ ਨੂੰ ਮਿਲਣ ਲਈ ਵਿਸ਼ੇਸ਼ ਯਤਨ ਕੀਤਾ ਕਿਉਂਕਿ ਰਾਏ ਦੀ ਪਤਨੀ ਨੇ ਕਿਹਾ ਸੀ ਕੁਸ਼ਚਨ ਨੰਬਰ 1, ਅੱਗੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸਵਿਸ ਲੋਕਾਂ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ, ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸਵਿਟਜ਼ਰਲੈਂਡ ਦੇ ਲੋਕਾਂ ਵਿੱਚ ਕਈ ਚੰਗੇਰੇ ਗੁਣ ਨਜ਼ਰ ਆਏ, ਵੀ ਬਹੁਤ ਚੰਗੇ ਗੁਣ ਨਜ਼ਰ ਆਏ ਸੀ। ਇੱਥੋਂ ਦੇ ਲੋਕ ਆਪਣੇ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖਣ ਦਾ ਹਰ ਸੰਭਵ ਯਤਨ ਕਰਦੇ ਸੀ, ਮਤਲਬ ਕਿ ਇੱਥੋਂ ਦੇ ਲੋਕ ਆਪਣੇ ਸ਼ਹਿਰ ਨੂੰ ਹਰ ਤਰੀਕੇ ਨਾਲ ਯਤਨ ਕਰਦੇ ਸੀ ਕਿ ਸਾਫ਼ ਸੁਥਰਾ ਰਹੇ। ਉਹਨਾਂ ਦੀ ਦਿਲੀ ਇੱਛਾ ਹੁੰਦੀ ਸੀ ਕਿ ਉਹਨਾਂ ਦਾ ਮੁਲਕ ਦੂਜਿਆਂ ਲੋਕਾਂ ਨੂੰ ਚੰਗਾ ਲੱਗੇ। ਇੱਥੋਂ ਵੱਡੀ ਗਿਣਤੀ ਵਿੱਚ ਸੈਲਾਨੀ ਯਾਤਰੀ ਟੂਰਿਸਟ ਆਉਂਦੇ ਨੇ, ਇੱਥੋਂ ਦੇ ਹੋਟਲਾਂ ਵਿੱਚ ਸੈਲਾਨੀਆਂ ਦੀ ਆਓ ਭਗਤ ਬਹੁਤ ਪ੍ਰਸਿੱਧ ਹੈ, ਉਹ ਚਾਹੁੰਦੇ ਨੇ ਕਿ ਆਉਣ ਵਾਲੇ ਸੈਲਾਨੀਆਂ ਦੀ ਨਜ਼ਰ ਵਿੱਚ ਇਸ ਦੇਸ਼ ਦੀ ਜਿਹੜੀ ਕਿ ਸ਼ਾਨ ਬਣੀ ਰਹੇ। ਸਵਿਸ ਲੋਕਾਂ ਦਾ ਜੀਵਨ ਪੱਧਰ ਬੜਾ ਉੱਚਾ ਹੈ, ਲੇਖਕ ਜਿਸ ਔਰਤ ਦੇ ਘਰ ਠਹਿਰਿਆ ਸੀ ਉਹਦਾ ਘਰ ਬੜਾ ਸਾਫ਼ ਸੁਥਰਾ ਸਜਿਆ ਅਤੇ ਲੋੜੀਂਦੇ ਸਮਾਨ ਨਾਲ ਭਰਪੂਰ ਸੀ। ਉਸ ਸਮੇਂ ਲੇਖਕ ਦਾ ਅਨੁਮਾਨ ਸੀ ਕਿ ਸਵਿਟਜ਼ਰਲੈਂਡ ਯੂਰਪ ਦਾ ਸਭ ਤੋਂ ਸਾਫ਼ ਦੇਸ਼ ਹੈ, ਸਭ ਤੋਂ ਕਲੀਨ ਦੇਸ਼ ਹੈ। ਲੇਖਕ ਨੂੰ ਪੂਰੇ ਮੁਲਕ ਵਿੱਚ ਕਿਤੇ ਵੀ ਗਰੀਬੀ ਨਜ਼ਰ ਨਾ ਆਈ, ਲੇਖਕ ਦੇ ਦਿਲ ਵਿੱਚ ਸਵਿਸ ਨਿਜ਼ਾਮ ਦੀ ਬਹੁਤ ਕਦਰ ਪੈਦਾ ਹੋਈ, ਜਿਸ ਰਾਹੀਂ ਲੋਕਾਂ ਦਾ ਜੀਵਨ ਪੱਧਰ ਇੰਨਾ ਉੱਚਾ ਹੋਇਆ ਸੀ। ਸਵਿਟਜ਼ਰਲੈਂਡ ਵਿੱਚ ਰੰਗ ਦੇ ਖਿਲਾਫ਼ ਤਸਵ ਬਹੁਤ ਘੱਟ ਹੈ, ਤਸਵ ਹੋ ਗਿਆ ਕੱਟੜਤਾ। ਉਹ ਹਰ ਇੱਕ ਮਨੁੱਖ ਲਈ ਸ਼ੁੱਭ ਇੱਛਾ ਰੱਖਦੇ ਹਨ, ਇਸੇ ਕਾਰਨ ਇੱਥੇ ਹਰ ਮੁਲਕ ਤੋਂ ਲੋਕ ਆਉਂਦੇ ਨੇ। ਸਵਿਟਜ਼ਰਲੈਂਡ ਦੀਆਂ ਮੇਜ਼ਬਾਨ ਔਰਤਾਂ ਵਿੱਚ ਪ੍ਰਸ਼ੰਸਾ ਦਾ ਹੁਨਰ ਸੁਭਾਵਿਕ ਹੁੰਦਾ ਹੈ, ਲੇਖਕ ਦੀ ਮੇਜ਼ਬਾਨ ਕਲਾਤਮਿਕ ਢੰਗ ਨਾਲ ਲੇਖਕ ਦੀ ਪ੍ਰਸ਼ੰਸਾ ਕਰਦੀ ਸੀ। ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਲੇਖਕ ਨੂੰ ਸਵਿਸ ਲੋਕਾਂ ਵਿੱਚ ਸਫਾਈ ਦੀ ਭਾਵਨਾ, ਉਹਨਾਂ ਦੀ ਹੋਟਲ ਸੇਵਾ, ਰੰਗ ਵਿਰੁੱਧ ਬਹੁਤ ਘੱਟ ਤਸਵ ਕਿਉਂਕਿ ਕੱਟੜਤਾ ਅਤੇ ਪ੍ਰਸ਼ੰਸਾ ਕਰਨਾ ਆਦਿ ਗੁਣ ਚੰਗੇ ਲੱਗੇ। ਕੁਸ਼ਚਨ ਨੰਬਰ 2, ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀ ਸਵਿਸ ਮੇਜ਼ਬਾਨ ਦਾ ਉਹਦੇ ਕਿਹੜੇ ਗੁਣਾਂ ਕਰਕੇ ਪ੍ਰਸ਼ੰਸਕ ਬਣ ਗਿਆ? ਹਾਂਜੀ, ਗੁਰਬਖਸ਼ ਸਿੰਘ
ਆਪਣੀ ਸਵਿਸ ਮੇਜ਼ਬਾਨ ਦੇ ਪਿਆਰ ਅਤੇ ਮਿਠਾਸ ਨਾਲ ਭਰੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਨੂੰ ਲੱਗਦਾ ਸੀ ਕਿ ਉਸਦਾ ਦਿਲ ਕਿਸੇ ਵਾਦੀ ਨਾਲੋਂ ਘੱਟ ਸੋਹਣਾ ਨਹੀਂ, ਮਤਲਬ ਕਿ ਕਿਸੇ ਕੁਦਰਤੀ ਦ੍ਰਿਸ਼ ਦੇ ਨਾਲੋਂ ਘੱਟ ਸੋਹਣਾ ਨਹੀਂ ਹੈਗਾ, ਓਨਾ ਹੀ ਸੋਹਣਾ। ਠੀਕ ਹੈ, ਉਹ ਹਰ ਰੋਜ਼ ਸ਼ਾਮ ਨੂੰ ਲੇਖਕ ਦੇ ਘਰ ਪਰਤਣ ਦੀ ਉਡੀਕ ਕਰਦੀ ਸੀ ਅਤੇ ਉਸਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸਦਾ ਕੋਟ ਬਹੁਤ ਭਾਰਾ ਨਹੀਂ ਸੀ ਅਤੇ ਉਹ ਨਾ ਸ਼ਰਾਬ ਪੀਂਦਾ ਸੀ ਅਤੇ ਨਾ ਹੀ ਚਾਹ। ਉਹ ਰਾਤ ਦਾ ਖਾਣਾ ਵੀ ਉਸ ਨਾਲ ਹੀ ਖਾਂਦੀ ਸੀ। ਉਹ ਬਹੁਤ ਦੇਰ ਤੱਕ ਉਸ ਕੋਲ ਬੈਠੀ ਰਹਿੰਦੀ ਸੀ। ਠੀਕ ਹੈ, ਲੇਖਕ ਦੀ ਮੇਜ਼ਬਾਨ, ਲੇਖਕ ਨੂੰ ਆਪਣੀ ਮੇਜ਼ਬਾਨ ਦਾ ਸਫਾਈ ਪਸੰਦ ਸੁਭਾਅ ਵੀ ਬਹੁਤ ਜ਼ਿਆਦਾ ਚੰਗਾ ਲੱਗਿਆ, ਮਤਲਬ ਕਿ ਜਿਹੜੀ ਉਹਦੀ ਮੇਜ਼ਬਾਨ ਸੀ ਉਹਨੂੰ ਸਫਾਈ ਬਹੁਤ ਪਸੰਦ ਸੀ। ਠੀਕ ਹੈ, ਤੁਹਾਨੂੰ ਇਹ ਚੀਜ਼ ਵੀ ਬਹੁਤ ਚੰਗੀ ਲੱਗੀ। ਉਹਦਾ ਘਰ ਇੰਨਾ ਸਾਫ਼ ਸੁਥਰਾ ਅਤੇ ਹਰ ਲੋੜੀਂਦੇ ਸਮਾਨ ਨਾਲ ਭਰਪੂਰ ਸੀ ਕਿ ਲੇਖਕ ਨੂੰ ਜਾਪਿਆ ਕਿ ਹਿੰਦੁਸਤਾਨ ਵਿੱਚ ਕਿਸੇ ਵਿਰਲੇ ਅਮੀਰ ਦਾ ਘਰ ਇਹੋ ਜਿਹਾ ਹੋਊਗਾ। ਅਤੇ ਲੇਖਕ ਦੀ ਮੇਜ਼ਬਾਨ ਪ੍ਰਸ਼ੰਸਾ ਦੇ ਹੁਨਰ ਵਿੱਚ ਵੀ ਕਾਫ਼ੀ ਮਾਹਰ ਸੀ, ਪ੍ਰੇਜ਼ ਦੇ ਪੱਖੋਂ। ਠੀਕ ਹੈ, ਅਤੇ ਉਹ ਲੇਖਕ ਦੀ ਪ੍ਰਸ਼ੰਸਾ ਮਤਲਬ ਕਿ ਪ੍ਰੇਜ਼ ਇਸ ਤਰ੍ਹਾਂ ਕਰਦੀ ਸੀ ਕਿ ਲੇਖਕ ਨੂੰ ਉਸਦੇ ਸਾਰੇ ਦਿਨ ਦੀ ਥਕਾਵਟ ਭੁੱਲ ਜਾਂਦੀ। ਉਸਨੇ ਲੇਖਕ ਨੂੰ ਆਖਿਆ ਕਿ ਉਹ ਉਸਦਾ ਨਾਂ ਆਪਣੇ ਦਿਲ ਵਿੱਚ ਸੰਭਾਲ ਕੇ ਰੱਖੇਗੀ। ਲੇਖਕ ਦੀ ਸਵਿਸ ਮੇਜ਼ਬਾਨ ਦਾ ਸੁਭਾਅ ਇੰਨਾ ਮਿੱਠਾ ਅਤੇ ਪਿਆਰ ਭਰਿਆ ਸੀ ਕਿ ਇੱਕ ਵਾਰੀ ਲੇਖਕ ਦੇ ਦਿਲ ਵਿੱਚ ਉਸਨੂੰ ਗਲਵੱਕੜੀ ਪਾਉਣ ਦੀ ਭਾਵਨਾ ਪੈਦਾ ਹੋ ਗਈ ਸੀ। ਇਸੇ ਪਿਆਰ ਭਾਵ ਨੂੰ ਦੇਖ ਕੇ ਲੇਖਕ ਨੇ ਉਸਦੇ ਘਰ ਵਿੱਚ ਇੱਕ ਦਿਨ ਹੋਰ ਰਹਿਣਾ ਸਵੀਕਾਰ ਕਰ ਲਿਆ। ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਲੇਖਕ ਆਪਣੀ ਮੇਜ਼ਬਾਨ ਦੇ ਪਿਆਰ ਭਰੇ ਸਫਾਈ ਪਸੰਦ ਅਤੇ ਮਿੱਠ ਬੋਲੜੇ ਸੁਭਾਅ ਕਾਰਨ ਉਸਦੀ ਪ੍ਰਸ਼ੰਸਕ ਬਣ ਗਿਆ ਸੀ। ਅੱਗੇ ਕੁਸ਼ਚਨ ਨੰਬਰ 3 ਹੈ, ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸ਼ਖਸੀਅਤ ਦੇ ਉਹ ਕਿਹੜੇ ਗੁਣ ਹਨ ਜਿਨ੍ਹਾਂ ਸਦਕਾ ਉਹ ਹਰ ਨਵੀਂ ਥਾਂ ਚੰਗੇ ਮਨੁੱਖ ਬਣਾ ਲੈਂਦਾ ਅਤੇ ਇਸ ਪਾਠ ਮਨੁੱਖਾਂ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਦੇ ਆਧਾਰ 'ਤੇ ਦੱਸਣਾ। ਹਾਂਜੀ, ਜਾਂ ਕੁਸ਼ਚਨ ਹੈ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ, ਸਵੈ ਜੀਵਨੀ ਅੰਸ਼ ਤੋਂ ਉੱਭਰਦੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸ਼ਖਸੀਅਤ ਬਾਰੇ ਲਿਖਣਾ। ਹਾਂਜੀ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ, ਸਵੈ ਜੀਵਨੀ ਅੰਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ 1 ਦੇ ਵਿੱਚੋਂ ਲਿਆ ਗਿਆ। ਮੇਰੀ ਜੀਵਨ ਕਹਾਣੀ ਦੇ ਆਰੰਭ ਵਿੱਚ ਉਹ ਲਿਖਦਾ ਕਿ ਮੇਰੇ ਵਾਹ ਵਿੱਚ, ਭਾਵ ਕਿ ਮੇਰੇ ਵਾਹ ਕੀ ਹੋ ਗਿਆ ਵੀ ਮੇਰੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨਾਲ ਵਾਹ ਵਾਸਤਾ ਪਿਆ ਅਨੇਕਾਂ ਅਸਧਾਰਨ ਚੰਗੀਆਂ ਆਤਮਾਵਾਂ ਆਈਆਂ ਜਿਨ੍ਹਾਂ ਨੇ ਮੇਰੀਆਂ ਔਗਣ ਰੁਚੀਆਂ ਘਟਾਈਆਂ ਅਤੇ ਮੈਨੂੰ ਚੰਗੇ ਹੋਣ ਲਈ ਪ੍ਰੇਰਿਆ। ਇਸ ਕਥਨ ਤੋਂ ਸਪੱਸ਼ਟ ਹੁੰਦਾ ਕਿ ਉਹ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਅਤੇ ਇੱਕ ਮਿਲਾਪੜਾ ਇਨਸਾਨ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਅੰਦਰ ਮਨੁੱਖਾਂ ਨੂੰ ਜਾਣਨ ਅਤੇ ਸਮਝਣ ਦੀ ਬੜੀ ਪ੍ਰਬਲ ਰੁਚੀ ਹੈ ਅਤੇ ਉਹ ਮੰਨਦਾ ਕਿ ਦੇਸ਼ਾਂ ਵਿਦੇਸ਼ਾਂ ਦੀ ਸੈਰ ਦਾ ਮੁੱਖ ਕਾਰਨ ਉੱਥੇ ਜਾ ਕੇ ਦੇਸ਼ ਅਤੇ ਉੱਥੋਂ ਦੇ ਲੋਕਾਂ ਨੂੰ ਵੇਖਣਾ, ਜਾਣਨਾ ਅਤੇ ਪਿਆਰ ਦੀ ਤਾਂਘ ਸੀ। ਉਸ ਵੱਲ ਜਿਸ ਨੇ ਵੀ ਪਿਆਰ ਭਾਵ ਪ੍ਰਗਟਾਇਆ ਉਹ ਝੱਟ ਹੀ ਉਸਦਾ ਹੋ ਗਿਆ। ਇਸੇ ਸੁਭਾਅ ਕਾਰਨ ਉਹ ਜਲਦ ਹੀ ਆਪਣੀ ਮੇਜ਼ਬਾਨ ਦੇ ਦਿਲ ਨੂੰ ਜਿੱਤਣ ਵਿੱਚ ਕਾਮਯਾਬ ਹੋ ਗਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਸਫਾਈ ਪਸੰਦ ਅਤੇ ਸੋਹਜ ਦਾ ਚਾਹਵਾਨ ਇਨਸਾਨ ਸੀ। ਉਸਨੂੰ ਸਵਿਟਰਜ਼ਲੈਂਡ ਦਾ ਸਾਫ਼ ਸੁਥਰਾ ਵਾਤਾਵਰਨ ਬਹੁਤ ਪਸੰਦ ਆਇਆ ਅਤੇ ਉਹ ਇਸ ਤੱਥ ਦਾ ਹਾਮੀ ਹੈ ਕਿ ਕੱਪੜੇ ਸੋਹਣੇ ਪਾਉਣ ਵਾਲੇ ਲੋਕ ਦੂਜਿਆਂ ਦੀਆਂ ਅੱਖਾਂ ਵਿੱਚ ਸੋਹਣਾ ਲੱਗਣਾ ਚਾਹੁੰਦੇ ਹਨ ਅਤੇ ਉਸਨੂੰ ਆਪਣੀ ਮੇਜ਼ਬਾਨ ਦਾ ਸਾਫ਼ ਸੁਥਰਾ ਘਰ ਬਹੁਤ ਪਸੰਦ ਆਉਂਦਾ। ਇੱਥੇ ਸੋਹਜ ਦੀ ਪ੍ਰਸ਼ੰਸਾ ਵਿੱਚ ਉਹ ਚੰਗੇਰੇ ਮਨੁੱਖੀ ਸੰਬੰਧ ਬਣਾ ਲੈਂਦਾ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਮਿੱਠ ਬੋਲੜਾ ਅਤੇ ਪਿਆਰ ਭਾਵਨਾ ਵਾਲਾ ਇਨਸਾਨ ਸੀ। ਉਹ ਇਸੇ ਪਿਆਰ ਭਾਵਨਾ ਕਾਰਨ ਆਪਣੀ ਮੇਜ਼ਬਾਨ ਦੇ ਦਿਲ ਵਿੱਚ ਥਾਂ ਬਣਾ ਲੈਂਦਾ।
ਇਸੇ ਪਿਆਰ ਭਾਵ ਦਾ ਪ੍ਰਗਟਾਵਾ ਕਰਦੇ ਉਹ ਆਪਣੀ ਮੇਜ਼ਬਾਨ ਨੂੰ ਆਖਦਾ, ਐਡੀ ਮਿੱਠੀ ਮੇਜ਼ਬਾਨ ਦੀ ਕਿਹੜੀ ਗੱਲ ਮੈਂ ਮੋੜ ਸਕਦਾ। ਉਹ ਸੱਚਮੁੱਚ ਹੀ ਮੇਜ਼ਬਾਨ ਦੇ ਘਰ ਮਹਿਮਾਨ ਬਣ ਕੇ ਨਾ ਰਹਿਣ ਦੀ ਆਪਣੀ ਮੇਜ਼ਬਾਨ ਦੀ ਬੇਨਤੀ ਪ੍ਰਵਾਨ ਕਰ ਲੈਂਦਾ। ਕਿਹਾ ਜਾ ਸਕਦਾ ਕਿ ਗੁਰਬਖਸ਼ ਸਿੰਘ ਇੱਕ ਸੋਹਜ ਪ੍ਰੇਮੀ, ਪਿਆਰ ਦੀ ਤਾਂਘ ਰੱਖਣ ਵਾਲਾ, ਮਿਲਾਪੜਾ ਇਨਸਾਨ ਸੀ, ਜਿਸ ਕਾਰਨ ਉਹ ਹਰ ਨਵੀਂ ਥਾਂ 'ਤੇ ਚੰਗੇਰੇ ਸੰਬੰਧ ਬਣਾ ਲੈਂਦਾ ਸੀ। ਫੋਰਥ ਹੈ, ਇਸ ਪਾਠ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਵਿੱਚ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਈ ਥਾਂ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਨੇ। ਇਹਨਾਂ ਤੋਂ ਉਸਦੀ ਸ਼ਖਸੀਅਤ 'ਤੇ ਕੀ ਝਾਤ ਪੈਂਦੀ ਹੈ। ਹਾਂਜੀ, ਗੁਰਬਖਸ਼ ਸਿੰਘ ਸ਼ਬਦਾਂ ਦਾ ਜਾਦੂਗਰ ਹੈ। ਆਪਣੇ ਸਵੈ ਜੀਵਨੀ ਅੰਸ਼ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਵਿੱਚ ਉਸਨੇ ਵਿਸ਼ਵਾਸਵਾਦੀ, ਸੋਚ ਰੱਖਣ ਵਾਲੇ, ਸ਼ੁੱਭ ਇੱਛਕ, ਪ੍ਰੇਮ ਭਾਵਨਾਵਾਂ ਵਾਲੇ ਵਿਅਕਤੀ ਦੇ ਤੌਰ 'ਤੇ ਕਈ ਭਾਵਪੂਰਤ ਟਿੱਪਣੀਆਂ ਕੀਤੀਆਂ ਨੇ। ਉਸਨੇ ਦੇਸ਼ਾਂ ਵਿਦੇਸ਼ਾਂ ਨੂੰ ਜਾਣਨ ਦੀ ਇੱਛਾ ਨਾਲ ਥਾਂ ਥਾਂ ਦੀ ਯਾਤਰਾ ਕੀਤੀ। ਇਸੇ ਤਰ੍ਹਾਂ ਉਸਨੇ ਮਹਿਸੂਸ ਕੀਤਾ ਕਿ ਉਹ ਸਰਹੱਦਾਂ ਦੀਆਂ ਹੱਦਬੰਦੀਆਂ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦੀਆਂ ਨੇ। ਇਸੇ ਭਾਵਨਾ ਨੂੰ ਪ੍ਰਗਟਾਉਂਦਿਆਂ ਉਹ ਲਿਖਦਾ ਕਿ ਮਨੁੱਖ ਹੋਣ ਦਾ ਪੂਰਾ ਸਵਾਦ ਮਨੁੱਖ ਨੂੰ ਉਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਅਸਟਾਮ ਨਾਲੋਂ ਵਧੇਰੇ ਇਤਵਾਰੀ ਗਿਣਿਆ ਜਾਏਗਾ ਅਤੇ ਕਿਸੇ ਪਾਸਪੋਰਟ ਜਾਂ ਰਾਹਦਾਰੀ ਪੱਤਰ ਦੀ ਲੋੜ ਨਹੀਂ ਰਹੇਗੀ। ਪਿਆਰ ਭਾਵ ਅਤੇ ਸ਼ੁਭ ਇੱਛਾ ਨਾਲ ਮਨੁੱਖੀ ਜੀਵਨ ਨੂੰ ਸਵਾਰਿਆ ਜਾ ਸਕਦਾ। ਇਸੇ ਵਿੱਚ ਹੀ ਜ਼ਿੰਦਗੀ ਦੀ ਖੁਸ਼ੀ ਸ਼ਾਮਿਲ ਹੈ। ਲੇਖਕ ਦੀ ਇੱਛਾ ਦਾ ਪ੍ਰਗਟਾਵਾ ਇਹਨਾਂ ਸਤਰਾਂ ਤੋਂ ਹੁੰਦਾ ਕਿ ਕਾਸ਼ ਕਦੇ ਹਰ ਕਿਸੇ ਦੀ ਖੁਸ਼ਹਾਲੀ ਦਾ ਦੂਜਿਆਂ ਦੀ ਸ਼ੁਭ ਇੱਛਾ ਨਾਲ ਲੁਕਿਆ ਸੰਬੰਧ ਹਰ ਕਿਸੇ ਦੀ ਸਮਝ ਦੇ ਵਿੱਚ ਆ ਜਾਵੇ। ਪ੍ਰੇਮ ਭਾਵਨਾ ਨਾਲ ਚੰਗੇਰੇ ਮਨੁੱਖੀ ਸੰਬੰਧ ਬਣਾਏ ਜਾ ਸਕਦੇ ਨੇ। ਪਿਆਰ ਨਾਲ ਹੀ ਦੂਸਰੇ ਦੀ ਰੂਹਾਂ 'ਤੇ ਝਾਕਿਆ ਜਾ ਸਕਦਾ। ਗੁਰਬਖਸ਼ ਸਿੰਘ ਆਪਣੀ ਮੇਜ਼ਬਾਨ ਨਾਲ ਗੱਲ ਕਰਦਿਆਂ ਆਖਦਾ ਕਿ ਮੈਨੂੰ ਸੇਵਾ ਦੀ ਇੱਛਾ ਨਹੀਂ ਸੀ, ਮੇਰੇ ਕੋਲ ਸਖਾਵਤ ਦੱਸਣ ਦਾ ਕੋਈ ਸਨਮਾਨ ਨਹੀਂ ਸੀ, ਪਰ ਤੁਹਾਡੇ ਦਿਲ ਦੇ ਅਣਮਿੱਟੇ ਦਰਾਂ 'ਚੋਂ ਮੈਂ ਤੁਹਾਡੀ ਰੂਹ 'ਤੇ ਝਾਕ ਲਿਆ ਹੈ ਅਤੇ ਜਦੋਂ ਕਦੇ ਇਉਂ ਕੋਈ ਝਾਕੇ ਦੁਨੀਆਂ ਦਾ ਹੋਰ ਹੀ ਹੋਰ ਦਿਸਣਾ ਅਵਸ਼ ਹੋ ਜ਼ਰੂਰ ਹੋ ਜਾਂਦਾ। ਇੱਥੇ ਹੀ ਬਸ ਨਹੀਂ, ਲੇਖਕ ਨੂੰ ਤਾਂ ਮਨੁੱਖ ਨਾਲ ਮਨੁੱਖ ਦਾ ਮੇਲ ਵੀ ਜ਼ਿੰਦਗੀ ਦੀ ਮਹਾਨ ਘਟਨਾ ਜਾਪਦਾ ਅਤੇ ਲੇਖਕ ਦੀ ਸੋਹਜਵਾਦੀ ਦ੍ਰਿਸ਼ਟੀ ਦੀ ਪ੍ਰਬਲਤਾ ਉਸਦੀ ਲਿਖਤ ਵਿੱਚ ਥਾਂ ਥਾਂ 'ਤੇ ਨਜ਼ਰ ਆਉਂਦੀ ਆਪਾਂ ਨੂੰ। ਸ਼ਾਇਦ ਇਸੇ ਕਰਕੇ ਉਹ ਸਵੀਕਾਰਦਾ ਕਿ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਇੰਨਾ ਖਰਚ ਸਿਰਫ ਆਪਣੇ ਸ਼ੌਂਕ ਲਈ ਨਹੀਂ ਕਰਦੇ ਜਿੰਨਾ ਦੂਜਿਆਂ ਦੀਆਂ ਅੱਖਾਂ ਵਿੱਚ ਚੰਗਾ ਲੱਗਣ ਲਈ ਕਰਦੇ ਨੇ। ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਇਸ ਪਾਠ ਵਿੱਚ ਆਈਆਂ ਭਾਵਪੂਰਵਕ ਟਿੱਪਣੀਆਂ ਤੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੋਹਜਵਾਦੀ, ਵਿਸ਼ਵਵਾਦੀ, ਸ਼ੁਭ ਚਿੰਤਕ ਅਤੇ ਮਿਲਾਪੜੇ ਸੁਭਾਅ ਵਾਲੀ ਸ਼ਖਸੀਅਤ 'ਤੇ ਝਾਤ ਪੈਂਦੀ ਹੈ। ਅੱਗੇ ਹੈਗਾ ਕੁਸ਼ਚਨ ਨੰਬਰ 5th, ਲੇਖਕ ਅਨੁਸਾਰ ਮਨੁੱਖ ਨੂੰ ਮਨੁੱਖ ਹੋਣ ਦਾ ਪੂਰਾ ਸਵਾਦ ਕਦੋਂ ਆਏਗਾ। ਇਸ ਪਾਠ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਦੇ ਆਧਾਰ 'ਤੇ ਦੱਸਣਾ। ਹਾਂਜੀ, ਲੇਖਕ ਨੇ ਇਹ ਸ਼ਬਦ ਵੀਜ਼ਾ, ਰਾਹਦਾਰੀ ਪੱਤਰ ਪ੍ਰਾਪਤ ਕਰਨ ਦੇ ਪ੍ਰਸੰਗ ਵਿੱਚ ਕਹੇ ਨੇ। ਲੇਖਕ ਦੀ ਇੱਛਾ ਹੈ ਕਿ ਕਦੇ ਸਾਰੀ ਦੁਨੀਆ ਹਰ ਕਿਸੇ ਦਾ ਆਪਣਾ ਦੇਸ਼ ਹੋਵੇ। ਉਸਦਾ ਵਿਚਾਰ ਹੈ ਕਿ ਦੇਸ਼ਾਂ ਦੀਆਂ ਸਰਹੱਦਾਂ 'ਤੇ ਪੁਲਿਸ ਦਾ ਪ੍ਰਮਾਣ ਪੱਤਰ ਦੇਖਣਾ, ਸਮਾਨ ਫਰੋਲਣਾ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਰਹਿੰਦਾ। ਲੇਖਕ ਕਹਿੰਦਾ ਕਿ ਮਨੁੱਖ ਹੋਣ ਦਾ ਸਵਾਦ ਉਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਐਫੀਡੇਫਿਟ ਨਾਲੋਂ ਵੀ ਵਧੇਰੇ ਇਤਵਾਰੀ ਗਿਣਿਆ ਜਾਵੇ ਅਤੇ ਕਿਸੇ ਪਾਸਪੋਰਟ ਜਾਂ ਰਾਹਦਾਰੀ ਪੱਤਰ ਦੀ ਜ਼ਰੂਰਤ ਨਾ ਹੋਵੇ। ਇਸ ਦਾ ਭਾਵ ਹੈ ਕਿ ਜਦ ਮਨੁੱਖ ਦੀ ਕਹੀ ਹੋਈ ਗੱਲ
ਕਹੀ ਹੋਈ ਹਰ ਗੱਲ 'ਤੇ ਇਤਵਾਰ ਕੀਤਾ ਜਾਣ ਲੱਗੇਗਾ, ਉਦੋਂ ਹੀ ਮਨੁੱਖ ਨੂੰ ਮਨੁੱਖ ਹੋਣ ਦਾ ਸਵਾਦ, ਪੂਰਾ ਸਵਾਦ ਆਏਗਾ। ਹਾਂਜੀ, ਥੈਂਕਸ, ਇਹ ਸੀ ਤੁਹਾਡੇ ਕੁਸ਼ਚਨਸ।